हाँ जी सत श्रीकाल जी। और किवें तुसीं सारे? अज आपां बरोटा फार्म जिहड़ा साडे पिंड दे बिलकुल कोल ही है, बरोटा फार्म आए आपां घुम्मण दे विच ले गए। हाँ जी, ते हुण आपां बरोटा फार्म दे अंदर एंटर होण लगे। ते इहदे मेन एंट्री है टिकटां, ते देखो सारा पुराना दस्सिया होया आपणा, जिहड़ा पुराने बजुर्गां दे कोल ढांगू ढूंगू वगैरा हुंदे ते कुंडियां की कहिंदे हुंदे सी जी उहनां नूं, है ना, इदां कहिंदे हुंदे आ गमले रखे होए इधर। ते इह देखो गेट किन्ना वधिया, पुराने जमाने का सारा गेट है, पर इतने लोग किया हुआ इतने खुल नहीं रहा है। चलो हम अगे, ये बिल्कुल साढ़े पिंड के नाल ही है, अपना दो किलोमीटर के आस पास साढ़े पिंड है इतने। पर इधर सारा उपर जंगल है, आ सारा ही उपर जंगल है, पिछे सारे जंगल है। देखो किन्ना वैसे बहुत वधिया बनाता वहाँ का। हाँ जी, तो ये देखो जंगल सफारी वास्ते दसिया हुई है सारा, ये भी इतने जंगल सफारी टूर भी होंगे है। क्या हो कि भी इतने एक पुराने टाइम की वो दसी हुई है भी पुराने टाइम कि गड्डिया होंगे सगिया, पुराने टाइम कि विरसा हों, मतलब कि एक तरह विरसा संभालने की कोशिश की गई भी इतने। तो अपना जी अपना जंगल जुंगल हों पिछे सारा वो दसिया होया भी बंदे इतने आके शांति मिले, गल मुकदी इतने है। ਯਾਰ ਭਾਜੀ ਪੋਜ ਕਰ ਦੋ, ਰੋਲ ਕੰਟਰੋਲ। ਹਾਂਜੀ ਇਹ ਦੇਖੋ ਕਿੰਨਾ ਵਧੀਆ ਬਣਾਇਆ ਹੋਇਆ ਨੀਚੇ, ਅਤੇ ਰਾਤ ਨੂੰ ਤਾਂ ਹੋਰ ਵੀ ਜ਼ਿਆਦਾ ਵਧੀਆ ਲੱਗਦਾ ਹੋਊਗਾ। ਰਾਤ ਨੂੰ ਕੋਈ ਨਹੀਂ ਜੀ, ਆਪਾਂ ਫਿਰ ਤੋਂ ਟਾਈਮ ਲੱਗਿਆ ਸੀ, ਮੈਂ ਕਹਿੰਦਾ ਆਪਾਂ ਰਾਤ ਤੱਕ ਇੱਥੇ ਤਾਂ ਜਾਣਾ ਹੀ ਨਹੀਂ, ਇੱਥੇ ਹੀ ਘੁੰਮੀ ਜਾਣਾ ਸੀ, ਪਾਗਲ ਆਵਾਂਗੇ। ਦੇਖੋ ਕਿੰਨਾ ਵਧੀਆ ਬਣਾਇਆ ਹੋਇਆ। ਉਹ ਦੇਖੋ ਸਕੂਟਰ ਕੋਈ ਨਹੀਂ, ਤੁਹਾਨੂੰ ਉਹਦੇ ਕੋਲ ਵੀ ਲੈ ਕੇ ਚੱਲਾਂਗੇ, ਤੁਹਾਨੂੰ ਦਿਖਦਾ ਨਹੀਂ ਹੋਣਾ ਐਡੀ ਦੂਰ ਤੋਂ। ਵਧੀਆ, ਕੋਈ ਨਹੀਂ ਆਪਾਂ ਲੈ ਕੇ ਚੱਲਾਂਗੇ ਉਹਦੇ ਕੋਲ। ਦੇਖੋ ਇਹ ਦੇਖੋ ਕੜਾਹੀ ਕਿੱਡੀ ਬੜੀ, ਕੜਾਹਾ ਕੜਾਹਾ ਮਹਾ ਕੜਾਹਾ। ਚਲੋ ਹੁਣ ਆ ਜਾਓ ਇਹਨੂੰ ਦੇਖ ਕੇ ਹੀ ਕਿਦਾਂ ਹੋਵੇ, ਪਾਣੀ ਭਰਿਆ ਵੇ ਇਹਦੇ 'ਚ। ਹਾਂਜੀ ਚਲੋ ਹੁਣ ਅੱਗੇ ਚੱਲਦੇ ਆ, ਅੱਗੇ ਆਈਆਂ ਜੀਪਾਂ, ਚਲੋ ਆਏ ਚੱਲਦੇ ਆ। ਇਹ ਦੇਖੋ ਆਲੇ ਦੁਆਲੇ ਵਿਊ ਦੇਖੋ ਕਿੰਨਾ ਘੈਂਟ ਹੈ ਨਾ, ਅਤੇ ਸਾਰਾ ਪਿੱਛੋਂ ਜੰਗਲ ਹੀ ਜੰਗਲ ਹੈ, ਉੱਪਰ ਸਾਰੇ ਜੰਗਲ ਜੰਗਲ, ਇੱਧਰ ਬਾਘ ਚੀਤਾ ਆਪਣਾ ਜਿੰਨਾ ਜਾਣੀ ਆਪਾਂ ਜਿਹੜੇ ਲਿਮਿਟਡ ਜਾਨਵਰ ਕਹਿ ਸਕਦੇ ਉਹ ਸਾਰੇ ਹੈਗੇ ਹੀ ਹੈਗੇ ਆ ਇੱਧਰ, ਜਿੱਦਾਂ ਆਪਣਾ ਬਾਂਦਰ ਬੁੰਦਰ ਸਾਰੇ ਲੋਕਲ ਜਿੱਦਾਂ ਜਿਹੜੇ ਆਪਣੇ ਜਾਨਵਰ ਹੁੰਦੇ ਆ ਉਹ ਹੈਗੇ ਹੀ ਆ। ਅਤੇ ਇਹ ਦੇਖੋ ਅਮਰੂਦਾਂ ਦੇ ਬੂਟੇ ਲਾਏ ਹੋਏ ਆ ਕਾਫੀ ਜ਼ਿਆਦਾ, ਜਾਣੀ ਕਿ ਇੱਥੇ ਹਰਿਆਲੀ ਦਾ ਬਹੁਤ ਜ਼ਿਆਦਾ ਧਿਆਨ ਰੱਖਿਆ ਗਿਆ ਹੈ। ਅਤੇ ਦੇਖੋ ਬਹਿਣ ਵਾਸਤੇ ਕਿੰਨੀ ਵਧੀਆ ਸੀਟ ਬਣਾਈ ਹੋਈ ਹੈ ਪੈਰਾਂ ਦੀ, ਕੋਈ ਨਹੀਂ ਮੈਂ ਇੱਦਾਂ ਕਰੂੰਗਾ, ਸਾਡੀ ਗੱਡੀ ਟਾਇਰ ਖਰਾਬ ਹੋਣ ਵਾਲੇ ਇਹਦੇ ਕੋਲ ਕਰ ਜਾਈਏ ਰਾਤ ਨੂੰ, ਠੀਕ ਹੈ। ਕਿਆ ਬੜੀਆ ਥਾ ਗੁਰੂ, ਚੱਲ ਆਪਣਾ ਕੰਮ ਬਣ ਗਿਆ। ਇਹ ਦੇਖੋ ਪੁਰਾਣੇ ਜ਼ਮਾਨੇ ਦਾ ਸਾਰਾ ਵਿਰਸਾ ਆਪਣਾ ਪੁਰਾਣਾ ਸੰਭਾਲ ਕੇ ਰੱਖਿਆ ਵੀ, ਦੇਖੋ ਪੁਰਾਣੀ ਤੰਜੋਰੀ ਹੈ, ਅਤੇ ਬੂਟਿਆਂ ਦੇ ਕੱਟ ਕੇ ਉਹਦੀ ਬਣਾਈ ਹੋਈ ਹੈ ਬਹਿਣ ਨੂੰ, ਅਤੇ ਉਹ ਦੇਖੋ ਚੇਅਰ ਕਿੱਡੀ ਬੜੀ ਹੈ, ਉਹ ਉੱਤੇ ਲਿਖਿਆ ਬਰੋਟਾ ਫਾਰਮ, ਦੇਖੋ ਚੇਅਰ ਕਿੱਡੀ ਬੜੀ ਹੈ। ਅਤੇ ਮੰਜਿਆਂ 'ਤੇ ਜਿੱਦਾਂ ਪਹਿਲਾਂ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿੱਦਾਂ ਲੱਗਦਾ ਹੁੰਦਾ ਸੀਗਾ ਮੁਹੰਮਦ ਸਦੀਕ ਵਗੈਰਾ ਇੱਦਾਂ ਲੱਗਦੇ ਹੁੰਦੇ ਸੀਗੇ, ਚਮਕੀਲਾ ਹੋ ਗਿਆ ਇੱਦਾਂ ਲੱਗਦੇ ਹੁੰਦੇ ਸੀਗੇ ਪਹਿਲਾਂ ਮੰਜਿਆਂ 'ਤੇ, ਹੈਂ। ਚਲੋ ਅੱਗੇ ਆਹ ਤਾਂ ਥੋੜ੍ਹਾ, ਚਲੋ ਆਪਣਾ ਜਿਹੜਾ ਹੁਣ ਅੱਜ ਕੱਲ੍ਹ ਚੱਲੇ ਰਿਹਾ ਟਰੈਂਟਰ ਹੁੰਦੇ ਆ ਸਾਈਕਲ ਸੁਕਲੀਆਂ ਦੇ ਤਾਂ ਉਹੀ ਆ, ਹੈ ਨਾ। ਅਤੇ ਜੀਪਾਂ ਪਹਿਲਾਂ ਜਿਹੜੀਆਂ ਆਪਣੀ ਜਗ੍ਹਾ ਜੀ ਉਹਦੇ 'ਚ ਵਰਤੀਆਂ ਗਈਆਂ ਜੀਪਾਂ, ਦੇਖੋ ਕਿੰਨੀਆਂ ਘੈਂਟ ਹੈ। ਪਹਿਲਾਂ ਇਹ ਖੁੱਲ੍ਹਾ ਹੁੰਦਾ ਸੀਗਾ, ਪਹਿਲਾਂ ਮੈਂ ਆ ਸੀਗਾ ਇੱਥੇ, ਪਹਿਲਾਂ ਖੁੱਲ੍ਹਾ ਸੀਗਾ ਇੱਥੇ, ਹੁਣ ਜਾਲ ਜੂਲ ਲਾ ਦਿੱਤੇ ਤਨਿਕੇ ਨਾਲ। ਅਤੇ ਦੇਖੋ ਜੀਪਾਂ ਬਹੁਤ ਵਧੀਆ, ਇਹ ਉਹਨਾਂ ਦਾ ਕਿਹੜਾ ਮਾਡਲ ਹੈ, ਇਹ ਮਾਡਲ ਇੱਦਾਂ ਦਾ ਪਤਾ ਨਹੀਂ ਲੱਗ ਸਕਦਾ। ਇਹ ਦੇਖੋ ਇਹ ਵੀ ਸਾਰੀਆਂ ਹੈਗੀਆਂ, ਇਹ ਦੇਖੋ ਕਿੰਨਾ ਵਧੀਆ, ਐਂ ਲੱਗਦਾ ਵੀ ਅਸੀਂ ਕਿਸੇ ਕੈਨੇਡਾ ਦੇ ਪਾਰਕ ਵਿੱਚ ਆ ਗਏ, ਹੈ ਨਾ। ਇਹ ਦੇਖੋ ਕਾਫੀ ਹੈਗੀ ਸਾਡੀ, ਕੋਈ ਨਹੀਂ ਸਾਡੀ ਚਾਰੇ ਗੱਡੀ ਦੇ ਟਾਇਰ ਖਰਾਬ ਹੋ ਗਏ ਹੈ। ਕੌਣ ਹੈ ਇਹ ਲੋਕ, ਕਹਾਂ ਸੇ ਆਤੇ ਹੈ? ਜੀ ਮੈਂ ਤੇ ਆ ਵੀ ਝੂਲਾ ਝੂਟਦੇ ਪਏ ਛੋਟਿਆਂ ਦੇ, ਬੜਾ ਝੂਟਿਆ ਹੋਇਆ ਵੀ ਅਸੀਂ, ਆਹ ਓ ਚੱਕ ਹੋ ਗਏ, ਓ ਉਲਟ ਗਏ, ਓ ਮਾਤਾ। ਕਾਲਾ ਆਉਂਦਾ ਪਿਆ ਹੁਣ ਤੇਰਾ ਮੂੰਹ, ਹਾਂ ਹੁਣ ਹੁਣ ਸਹੀ ਹੈ, ਇਹਦਾ ਉੱਪਰ ਨਹੀਂ ਜਾਂਦਾ। ਚੱਕ ਨਹੀਂ ਹੁੰਦਾ ਮੈਂ, ਦੇਖ ਲਓ ਮੇਰਾ ਵੇਟ ਜ਼ਿਆਦਾ ਆਈ ਅਤੇ ਚੱਕ ਨਹੀਂ ਹੁੰਦਾ ਫਿਰ ਮੈਂ, ਹੁਣ ਮੈਂ ਆਪਣੀ ਲੱਤਾਂ ਦੇ ਨਾਲ ਉੱਪਰ ਨੂੰ ਜ਼ੋਰ ਲਾਇਆ ਤਾਂ ਚੱਕ।
फिर चक ले, फिर नहीं होनी तो चक होना अपन। देखो 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 पूरी जो जोर लाऊंगा। देख वीडियो लाई, वीडियो कॉल लाई भी ने अपने भरा नू। की खांदा भाई तू? बस लैंदा भारा भारा। आ हूँ मैं फिर अपनी लत्त ने जोर लाया, फिर गया हैं हूँ हूँ मैं गया उपर। बैठ नहीं होंदा, गिरना चाहिए। टूटने वाला उतर उतर टूटने वाला। वो नहीं, वो टूटिया नहीं लगा, वो टूटिया ही कमाता। ये तो टट्टी है। हाँ जी, ते ऐसे जंगल सफारी भी होंगी है, पर ऐसे इतना खास नहीं है, कुछ भी देखने वाला। ऐसे ज़्यादा ज़्यादा जेड़ा बहुत ज़्यादा किस्मत वाला बंदा है ना, उन्हें ज़्यादा से ज़्यादा चीता देख सकता है इतने। वो भी बहुत घट है भी देखे, भी चाहे ना देखे जंगल सफारी इतने अपर शायद जाती हो सड़क पता नहीं। हूँ कहते थे भी इतने जंगल सफारी भी शुरू हो गई है, जीपा जूपा खड़िया हुई ने उ जाए जंगल सफारी वास्ते, बाकी हम पक्का नहीं कुछ भी कह सकते। चलो हम बस जंगल में कुछ है नहीं अगर कुछ भी इन्ना उ जानवर इन पिच नहीं आते, जंगल बहुत बड़ा है अगर जाके भी कोई नहीं पता किसी जंगल में भी घुमा लैके जावे। हम तो यह है पुराना इंजन, बहुत पुराना इंजन लगता मैं ये। देखो कि वधिया इंजन है, तो पहला यही पानी पुनी कढ़ने वास्ते यही यूज कर देते थे। हूँ मोटर मोटर तो हूँ ही आई हैं, थोड़ा टाइम ही होया, दस क साल ही, दस बारह क साल, भी साल हो गए होंगे। चलो देखो ये पहला ये वाले यूज किए जाते थे, तो इतने पैदा हों किधर पैदा ये तेल, शायद इतने इतने नहीं शायद नहीं ये उपर होंगी होनी शायद की वगैरह जो ऑयल पैदा है उद पै के यू इतने ये लाने होंगे होने इतने लगता ये चक्का स्टार्ट करना चक 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 स्टार्ट होता इन्हें जल्दी। बहुत वधिया इंजन है। तो आगी चक्की जिद आटा पीसते होंगे सके, पहले सॉरी दाने पीसते होंगे, थे आटा निकलता होंगे सगा ये हले अद्धा पे अद्धा पता नहीं कितने है। हाँ जी, तो ये अपना पुराना रखा हुआ ओल्ड एज सारा कुछ। देखो ये पुरानिया चेयरस ने, देखो ये हाथ मारे भी इदा इदा खड़क नहीं दिख दिख दिख, ये पुराने पुराना टेबल है पुराने ने। तो देखो पुराना ये शायद पूजा रूम हो सकता, इदा नहीं हम पक्का कह सकते। तो पुरानी ये रखी हुई है जिद चाह पाते कैटल कैटल कहें शायद उन्होंने। तो आह पुराना वो ये तो चलो हम सारे देखे भी होना ये वाला, तो पुराना कलोक है तो फटिया तो आ मधाणी होंगी है जिन्हें आप खंघ हुई है यार थोड़ी अपना करते हैं साग वगैरह शेक करते इस। तो देखो पुराना टैलीफोन पाया इतने, देखो देखो ये पुराना पखा तो टोकरी वगैरह ये आप दुध मिणते होंगे सके आप, मैं भी मिणिया काफ़ी मिण के पाया होया नानकी मैं सरखियां हुई सी लोगों को पाते होंगे सके पहले आप दुध। तो ये मधाणी जी ने आप घी कड़ते होंगे सके तो लस्सी। ए देखो भाई देखो देखो कि वधिया व्यू है, वेरी वंडरफुल व्यू। इतने जंगल सफारी भी होंगी है, वैसे इतने इन्ना खास कोई जंगल देखने दुखने वाला तो है नहीं। हाँ जी, अज आप चले दिल्ली, देख लो साडा स्कूटर देखो कि लंबा, ये चाहे तुम मेरे है सठ सबसक्राइबर है पाँच सत्त कि उपर दस भी इतने के आए साइड सूट पर है ना। चलो हम चलते हैं दिल्ली। चलो कितना वो पिछे यार केक था वो माड़ी रेस दी अभी काफी अंदर है ता करके बज नहीं रही यार है नहीं। चलो चलिए फिर क्या कहना ओए ओ हाँ ये तो हुण समझ आया की चीज है ये। ये डोली लैके आते होंगे सके पहला ये आदि एक दो बंदे अगे लाए थे सके ते दो पिछे ओ मैं तो पूजा रूम में समझ ही गया यार हाँ
ਜਿਆਦਾ ਉੱਚਾ ਰੱਖਿਆ ਉਹਨੇ ਉਹਦੇ ਉੱਪਰ। ਬਹੂ ਕਿਵੇਂ ਲੈ ਕੇ ਆਉਂਗਾ, ਮੁੰਡਾ ਹੀ ਲੱਗਦਾ ਮੇਰੇ ਮੇਰੇ ਐਡੇ ਬੜੇ ਬੰਦੇ ਹੈ ਹੀ ਨਹੀਂ ਹੈਗੇ। ਹਾਂ ਇਹਦਾ ਡੋਲੀ ਬਹੁਤ ਬੜੀ ਹੈ, ਇਹਦਾ ਫੇਰ ਲਾਣਾ ਪੈਣਾ, ਗ੍ਰੇਟ ਖਾਲੀ ਲੈ ਕੇ ਆਣਾ ਪੈਣਾ ਤੁਹਾਨੂੰ, ਗ੍ਰੇਟ ਖਾਲੀ ਵਾਲੇ ਤੇ ਬੰਦੇ ਲੈ ਕੇ ਹਰਿਆਣੇ ਤੇ ਬਾਹੂ ਲਮਕਾ ਕੇ ਲੈ ਕੇ ਆਂਦੇ ਹੋਣੇ ਫਿਰ। ਹਾਂ ਤੇਰਾ ਵਿਆਹ ਇੱਥੇ ਹੋਣਾ। ਹਾਂ ਇੱਚ, ਹਾਂ ਠੀਕ ਹੈ ਠੀਕ ਹੈ, ਕੋਈ ਨੀ, ਕਹਿੰਦੇ ਆ ਤੇਰੇ ਘਰਦਿਆਂ ਨੂੰ, ਕੋਈ ਨੀ। ਤੇ ਇਹ ਹੈਗੀ ਕੜਾਹੀ ਜਿਹੜੀ ਆਪਾਂ ਲੋਕਲ ਦੇਖ ਸਕਦੇ ਹਾਂ, ਆਪਣੇ ਪਿੰਡਾਂ ਪਿੰਡਾਂ ਗੁਰਦੁਆਰੇ ਵੀ ਦੇਖ ਸਕਦੇ ਹੈ। ਥੋੜ੍ਹੀ ਗੰਦੀਆਂ ਹੋਈਆਂ, ਜੰਗਾਲ ਵਗੈਰਾ ਲੱਗ ਗਿਆ, ਅਤੇ ਉੱਪਰ ਥੋੜ੍ਹਾ ਵੈਦਰ ਕਾਫੀ ਜ਼ਿਆਦਾ ਖਰਾਬ ਜਿਹਾ ਹੁੰਦਾ ਪਿਆ ਕਿਉਂਕਿ ਜੰਗਲ ਹੈ ਨਾ, ਆਲੇ ਦੁਆਲੇ ਧੁੰਦ ਵਗੈਰਾ ਵੀ ਪੈਣੀ ਸ਼ੁਰੂ ਹੋ ਗਈ ਹੈ। ਦੇਖੋ ਇੱਧਰ ਸਾਰੇ ਆਵੀ ਨੂੰ ਰੀਲਾਂ 'ਤੇ ਕੋਈ ਵਿਹਲ ਨਹੀਂ, ਕੋਈ ਉਹ ਨਹੀਂ ਕਰਦਾ। ਦੇਖੋ ਇੰਨਾ ਜ਼ਿਆਦਾ ਵੈਦਰ ਡਾਊਨ ਹੈ ਨਾ, ਦੇਖੋ ਹੁਣ ਫੋਨ ਦੇ ਵਿੱਚ ਤੁਹਾਨੂੰ ਕੈਮਰਾ ਮੇਰੇ ਫੋਨ ਦਾ ਇੰਨਾ ਵਧੀਆ, ਤਾਂ ਵੀ ਕਾਲਾ ਕਾਲਾ ਇਹ ਦੇਖਦਾ ਹੋਣਾ ਸਾਰਾ ਕੁਛ। ਇਹ ਦੇਖੋ ਇਹ ਬਾਂਦਰ ਦੇਖ ਲਓ, ਫਿਰ ਵੀ ਦੇਖੋ ਆ ਲਾ ਕੇ ਫਿਰਦਾ ਇਹਨੇ। ਹੈਂ ਇਹ ਦੇਖੋ ਇੱਥੇ ਹਾਲੇ ਥੋੜ੍ਹਾ ਜਿਹਾ ਵੈਸੇ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਹੈ। ਇੱਕ ਇੱਕ ਤਾਂ ਚੱਕਰ ਦੇ ਵਿੱਚ ਮੈਂ 1.5 ਘੰਟਾ ਹੋ ਗਿਆ ਪੂਰਾ ਆਪਣਾ ਬਲੌਗ ਸਟੋਪ ਕੀਤੇ ਹੋਏ। ਦੇਖੋ ਦੇਖੋ हमको मारो, हमको जिंदा मत छोड़ो सालो, हम कोई मंदिर का घंटा है कि कोई भी आके बजा जाता है। चला आजा, हुण मैं ब्लॉग विच पानी है, देखी जे तेरी वीडियो में पक्का पानी तेरे चपेट दे छेती है। बजी हुण लत तां तुरिया, मूड़ी पाती पाती बना दिता इत्थे नवा एक होर, जद पहला तेरा जे ब्याह ही ना करा दवां बार बार। ਕਿਉਂ ਕਿਉਂ ਇੱਥੇ ਅੱਗ ਉੱਗ ਸੇਕਣ ਨੂੰ ਬਣਾਇਆ ਹੋਇਆ। ਦੇਖੋ ਇੱਥੇ ਰਾਤ ਨੂੰ ਮੈਨੂੰ ਤਾਂ ਸੇਕਦੇ ਸੁੱਕਦੇ ਹੋਊਗੇ ਅੱਗ ਉੱਗ, ਬੜਾ ਵਧੀਆ ਬਣਾ। ਹਾਂਜੀ ਹੁਣ ਇਹ ਅਭੀ ਦਾ ਮੈਂ ਫੋਨ ਲਿਆ ਤਾਂ ਇਹ ਰੀਲਾਂ ਤੋਂ ਬਾਹਰ ਆਇਆ। ਇਹ ਦੇਖੋ ਹੁਣ ਫੋਨ ਮੇਰੀ ਜੀਵ ਦੇ ਵਿੱਚ ਰਹੂੰਗਾ। ਚਲੋ ਹੁਣ ਅੱਗੇ ਚੱਲਦੇ। 1.5 ਘੰਟੇ ਦੀ ਰੀਲਾਂ ਨੂੰ ਲੱਗੇ ਰਿਹਾ ਮੈਂ ਬਣਾਉਣ, ਕਹਿੰਦਾ ਮੈਨੂੰ ਕੋਈ ਪਸੰਦ ਨਹੀਂ ਆਈ। ਦੇਖੋ ਹੈ ਉੱਪਰ ਤਾਂ ਨਹੀਂ ਰਾਹ ਆਉਣ ਵਾਲਾ, ਦੇਖੋ ਆਹ ਸਵਿਮਿੰਗ ਪੂਲ ਵੀ ਬਣਾਤਾ ਹਾਲੇ ਖਾਲੀ ਹੈ, ਕਹਿੰਦੇ ਗਰਮੀ ਨਹਾਇਆ ਕਰਾਂਗੇ ਆਪਾਂ। ਇਹ ਵੈਸੇ ਟੱਟੀ ਖਾਨੇ ਸ਼ੇਪ ਬਾਹਰ ਕਾ ਬਣਾਇਆ ਹੋਇਆ। ਟੱਟੀ ਵੇਲੇ ਇੱਕ ਲੱਤ ਉੱਧਰ ਰੱਖਣੀ ਹੈ, ਇੱਕ ਇੱਧਰ ਰੱਖਣੀ ਹੈ, ਤਾਂ ਠੱਪ ਠੱਪ। ਇਹ ਬਾਬਾ ਜੀ ਲੱਗੇ ਹੋਏ ਕੰਮ, ਇੱਕ ਬਾਬਾ ਜੀ ਕੰਮ ਲੱਗੇ ਹੋਏ ਉੱਧਰ ਝੂਲੇ ਆ, ਅਤੇ ਇੱਥੇ ਬੋਲ ਤਾਂ ਸਕੇ, ਇੱਥੇ ਬੋਲ ਤਾਂ ਸਕੇ। ਇਹ ਰਾਤੀ ਪਨੀ ਬਾਗ ਖਾ ਗਿਆ, ਪਨੀ ਕੌਣ ਖਾ ਗਿਆ, ਲੱਭੇ ਰਘਵੀਰ ਨੂੰ। ਕੌਣ ਇਹ ਲੋਕ? ਹੁਣ ਤੁਹਾਨੂੰ ਪਾਈ ਸੀਗੀ ਆਪਣੀ ਤੂੜੀ ਵਾਲੀ ਪਾਈ ਸੀਗੀ ਅਸੀਂ। ਦੇਖੋ ਮੈਂ ਬੋਲਦ ਰਹੇ, ਮੈਂ ਤੂੜੀ ਰਹੀ। ਦੇਖੋ ਵਿਚਾਰੇ ਪੱਤੇ ਰਹਿ ਗਏ, ਕਿਆ ਕਰੀਏ। ਟਾਇਰ ਹੈ, ਕਹਿੰਦੇ ਵੀ ਜਿਹਦਾ ਵੀ ਦਿਲ ਕਰੇ ਇੱਥੇ ਆਪਣਾ ਆ ਕੇ ਘੰਟੀ ਪਸਾ ਸਕਦਾ ਵਿੱਚ, ਇੱਦਾਂ ਕਰਕੇ ਆ ਤੁਹਾਨੂੰ ਡੈਮੋ ਕਰਕੇ ਲੱਗ ਗਿਆ। ਮੇਰੀ ਘੰਟੀ ਆਉਣੀ ਨਹੀਂ, ਤੁਹਾਨੂੰ ਵਿੱਚ ਖਾ ਜੂਗੇ, ਬੱਚੇ ਬੱਚੇ ਵੀ ਆ ਸਕਦੇ ਫਿਰ ਆਉਣ ਦੀ ਜਾਊਗੇ। ਰਾਤ ਨੂੰ ਫੌਜੀ ਟ੍ਰੇਨਿੰਗ ਵੀ ਹੁੰਦੀ ਹੈ। ਦੇਖੋ ਦੇਖੋ ਇੱਧਰ ਚੜ੍ਹ ਕੇ ਉੱਧਰ ਰਹਿਣਾ, ਉਹ ਪਹਾੜੀ ਪਤਖਾਨ ਮੈਂ ਥੱਲੇ ਆ ਲੱਤਾਂ ਟੁੱਟ ਜਾਣੀ ਆਰਾਮ ਨਾਲ, ਕੋਈ ਚੱਕਰ ਵਾਲੀ ਗੱਲ। ਕਿਆ ਬੋਲਾ ਤੂੰ, ਇਹ ਪਹਿਲੇ ਕਿਆ ਬੋਲਾ? ਚੱਲ ਚੱਲ ਚਲੋ। ਅਤੇ ਇੱਥੇ ਬਾਅਦ ਵਿੱਚ ਲੱਤਾਂ ਲੁੱਤਾਂ ਤੜਾ ਕੇ ਹਾਈ ਮੰਮੀ ਇੱਥੇ ਇੱਥੇ ਬਹਿ ਸਕਦੇ, ਇੱਦਾਂ ਕਰਕੇ ਇੱਥੇ ਇੱਥੇ ਆਰਾਮ ਨਾਲ ਬਹਿ ਸਕਦੇ ਲੱਤਾਂ ਤੜਾ ਕੇ, ਕੋਈ ਨਹੀਂ। ਇਹ ਦੇਖੋ ਇਹ ਸਾਡੇ ਦੇਸ਼ ਨੇ ਇੰਨੀ ਕੁ ਤਰੱਕੀ ਕਰ ਲਈ ਵੀ ਜਿੱਦਾਂ ਆਪਾਂ ਡੋਰੀ ਮੋਨ ਵਿੱਚ ਪਹਿਲਾਂ ਦੇਖਦੇ ਨਹੀਂ ਹੁੰਦੇ ਸੀਗੇ, ਉਹ ਦਰਵਾਜ਼ਾ ਖੋਲਦੇ ਸੀਗੇ, ਇਹ ਖੋਲ੍ਹ ਕੇ ਦੂਜੇ ਦੇਸ਼ ਪਹੁੰਚ ਜਾਂਦੇ ਨੇ। ਹੈ ਅਰੇ ਜੋ ਵੀ ਤੁਮ ਕਹਾਂ ਪਰ ਪਹੁੰਚ ਗਏ। ਇਹ ਉਹ ਵਾਲਾ ਕੰਮ ਕੀਤਾ ਵਾ, ਹਾਲੇ ਤਾਂ ਦਰਵਾਜ਼ਾ ਲੋਕ ਹੈ, ਇਹ ਖੁੱਲ੍ਹਣਾ ਹੈਗਾ, ਇਹ 30,000 ਰੁਪਇਆ ਦੇ ਵਿੱਚ ਖੁੱਲ੍ਹਣਾ ਹੈ, ਬਹੁਤ ਟਾਈਮ ਤੱਕ ਖੁੱਲ੍ਹਣਾ ਹਲੇ, ਜਾਂ ਤਾਂ ਆਪਾਂ ਮੁੜ ਜਾਣਾ ਸਾਰੇ। ਤਾਂ ਇਹਦੇ ਕੋਲ ਚਾਬੀ ਪੈਸੇ ਨਾਲੇ ਬੈਲਟ ਕਰਤੀ ਵੀ, ਬੜੇ ਬੇਸ਼ਰਮ ਲੋਕ ਹੈ। ਦੇਖੋ ਭੱਜਿਆ ਜਾ ਰਿਹਾ ਬਾਂਦਰ ਆ, ਦੇਖੋ ਦੇਖੋ ਤੇ ਉਹ ਦੇਖਿਓ, ਦੇਖੋ ਟੁੰਡਾ ਹੋਣ ਲੱਗਿਆ, ਹੁਣ ਇਹ ਇਹ ਹੋਣ ਲੱਗਿਆ ਟੁੰਡਾ। ਉਹ ਦੇਖੋ ਮਸ਼ੀਨ, ਕਹਿੰਦਾ ਮੈਂ ਕੱਪੜੇ ਸੀਣੇ, ਫਟਾਫਟ ਬਹਿ ਗਿਆ ਉਹ ਦੇਖੋ ਆਪਣੇ ਕੰਮ 'ਤੇ। ਦੇਖੋ ਦੇਖੋ ਕੱਪੜੇ ਲੱਗਿਆ ਛੀਣ 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 ਨਹੀਂ ਛੀਣ।
ਹਾਂਜੀ ਬਣ ਗਿਆ ਮੇਰਾ ਸੂਟ ਸੂਟ ਨੀ ਮੇਰਾ ਕੁਰਤਾ ਪਜਾਮਾ ਦਿੱਤਾ ਸੀਗਾ ਉਹ ਵੀ ਬਣ ਗਿਆ ਜੀ ਤੇਰੀ ਮਸ਼ੀਨ ਤਾਂ ਟੁੱਟੀ ਪਿਆ ਨੀ ਇਹਦਾ ਮਜ਼ਾਕ ਕਰਦਾ ਹੈ ਮੈਨੂੰ ਕੁਰਤਾ ਪਜਾਮਾ ਤਾਂ ਪਾੜ ਗਿਆ ਆਪੇ ਪਾ ਕੇ ਪਾੜਦਾ ਬੱਲੇ ਤੇਰੇ ਹਾਂਜੀ ਇਹ ਬੈਠਾ ਫੋਟੋ ਖਿਚਾਉਣ ਮੈਂ ਪਰ ਵੀਡੀਓ ਔਨ ਕਰ ਲਈ ਹੈ ਚੱਲ ਹੁਣ ਪੁੱਤ ਉੱਪਰ ਨੂੰ ਚੱਲ ਚੱਲ ਹਾਏ ਹੋਏ ਤੂੰ ਹੀ ਕਹਿੰਦਾ ਤਾਂ ਉੱਪਰ ਜਾਣਾ ਮੈਨੂੰ ਕਿਆ ਹੋ ਗਿਆ ਵੱਡਾ ਵਾਹ ਵਿਊ ਦੇਖੋ ਕਿੰਨਾ ਵਧੀਆ ਉੱਪਰ ਪਰ ਇੱਥੇ ਇਹ ਨਹੀਂ ਪਤਾ ਬਾਹਰ ਕਿੱਧਰਲੀ ਸਾਈਡ ਲੋਕ ਕੇ ਬੈਠਾ ਹੋਣਾ ਬਾਈ ਮੈਨੂੰ ਤਾਂ ਡਰ ਲੱਗਦਾ ਬਈ ਸਿੱਧੀ ਗੱਲ ਹੈ ਆਪਣੀ ਇਹ ਦੇਖ ਹਾਂਜੀ ਇਹ ਦੇਖੋ ਸਾਰਾ ਹੀ ਇੱਥੇ ਜੰਗਲ ਹੈ ਜੰਗਲ ਆ ਪਿੱਛੇ ਸਾਰੇ ਇੱਧਰ ਆ ਪਿੱਛੇ ਬਣ ਹੈ ਇੱਧਰ ਪਤਾ ਨਹੀਂ ਕਿਹੜਾ ਜਾਨਵਰ ਹੈਗਾ ਕਿਹੜਾ ਨਹੀਂ ਇਹ ਤਾਂ ਕੁਛ ਨਹੀਂ ਕਹਿ ਸਕਦੇ ਕਿੱਥੋਂ ਕਿਹੜੇ ਜਾਨਵਰ ਨੇ ਨਿਕਲੇ ਆਉਣੇ ਇਹ ਦੇਖੋ ਸਾਰੇ ਦੂਰ ਦੂਰ ਤੱਕ ਜੰਗਲ ਹੀ ਜੰਗਲ ਪਿੱਛੇ ਦੇਖੋ ਮੈਨੂੰ ਸਾਹ ਬਹੁਤ ਚੜਿਆ ਹੋਇਆ ਇਸ ਕਰਕੇ ਚੜਿਆ ਵੀ ਅਸੀਂ ਪੌੜੀਆਂ ਬਹੁਤ ਜ਼ਿਆਦਾ ਚੜ੍ਹ ਕੇ ਆਏ ਹਾਂ ਉੱਪਰ ਤੱਕ ਦੇਖੋ ਕਿੰਨਾ ਦੇਖੋ ਸਾਡਾ ਪਿੰਡ ਇੱਧਰ ਹੈ ਇੱਥੇ ਹੈ ਅਜੇ ਤੁਸੀਂ ਟਾਵਰ ਜਿਹਾ ਦੇਖ ਰਹੇ ਸਾਡਾ ਪਿੰਡ ਆਈ ਅਤੇ ਅੱਗੇ ਥੋੜ੍ਹੀ ਇਹ ਦੇਖੋ ਸਾਰਾ ਹੀ ਜੰਗਲ ਦੇਖੋ ਅਤੇ ਵਾਰ ਵਾਰ ਹਨੇਰਾ ਤਾਂ ਹੋ ਰਿਹਾ ਕਿ ਵੈਦਰ ਬਹੁਤ ਜ਼ਿਆਦਾ ਖਰਾਬ ਹੈ ਇਸ ਕਰਕੇ ਹਨੇਰਾ ਹੋ ਰਿਹਾ ਮੈਂ ਤੁਹਾਨੂੰ ਫਰੰਟ ਕੈਮਰੇ ਦੱਸਦਾ ਦੇਖੋ ਕਿੰਨਾ ਵਧੀਆ ਆ ਰਿਹਾ ਪਿੱਛੇ ਦੇਖੋ ਥੋੜ੍ਹਾ ਥੋੜ੍ਹਾ ਡਰ ਵੀ ਲੱਗ ਰਿਹਾ ਕਿ ਕਿਤੇ ਕੁਛ ਆ ਨਹੀਂ ਆਵੇ ਦੇਖੋ ਪਿੱਛੇ ਜੰਗਲ ਹੈ ਸਾਰਾ ਦੇਖੋ ਦੇਖੋ ਪਹਿਲਾਂ ਆ ਵੀ ਤਾਂ ਫੋਨ ਲੈ ਲਿਆ ਤਾਂ ਕਰਕੇ ਥੋੜ੍ਹਾ ਜਿਹਾ ਬਲੌਗ ਬਣ ਗਿਆ ਹੁਣ ਇਹਦੇ ਫਿਰ ਫੋਨ ਫਿਰ ਖੋਣਾ ਪੈਣਾ ਮੈਨੂੰ ਦੇ ਦੇ ਯਾਰ ਉਹ ਯਾਰ ਬਲੌਗ ਬਣਾਉਣਾ ਹੈ ਚੱਲ ਇੱਧਰ ਚੱਲ ਦੇਖੋ ਇੱਧਰ ਸਾਰੇ ਸੰਦੂਕ ਰੱਖੇ ਹੋਏ ਜਿਹੜੇ ਪਹਿਲਾਂ ਰੱਖਦੇ ਹੁੰਦੇ ਸੀ ਘਰਾਂ ਦੇ ਵਿੱਚ ਕਰਮਾ ਵਾਲਾ ਟੁੱਟੇ ਸਿੰਗਰ ਲੱਗੇ ਹੋਏ ਆ ਮੈਨੂੰ ਕੋਲਡ ਹੋਇਆ ਇਸ ਕਰਕੇ ਸਾਹ ਥੋੜਾ ਜਿਹਾ ਤਾਂ ਵੀ ਚੜ੍ਹਦਾ ਹੈ ਹਾਂ ਤੂੰ ਕਿਹੜਾ ਪਾਠ ਲੱਗਿਆ ਤਾਂ ਪੜ੍ਹਨ ਉਹ ਗਿਰ ਗਿਆ ਦਾਦਾ ਨੇ ਆਦੀ ਪਾਠ ਤੇ ਆਪਾਂ ਉਹ ਉੱਪਰ ਤੋਂ ਆਏ ਆ ਇੱਧਰ ਯਾਰ ਕਿੱਧਰ ਗਿਆ ਉਹ ਇਹ ਅਸੀਂ ਬਿਲਕੁਲ ਉਹ ਸਟੇਟ ਤੋਂ ਆਏ ਕਾਫੀ ਉੱਪਰ ਸੀਗਾ ਦੇਖਣੇ ਲੱਗਦਾ ਪਿਆ ਛੋਟਾ ਜਿਹਾ ਬਹੁਤ ਉੱਚਾ ਹੈ ਚਲ ਹੁਣ ਅੱਗੇ ਚੱਲਦੇ ਆ ਘਾਹ ਹੁੰਦਾ ਸੀਗਾ ਖਿੜਕਾ ਵੈਸੇ ਉੱਦਾਂ ਵੈਸੇ ਟੈਂਪਰੇਰੀ ਲਾਇਆ ਵਾ ਉੱਦਾਂ ਖਿੜਕੀ ਨਹੀਂ ਹੈਗੀ ਅਤੇ ਪਿੱਛੇ ਕੋਈ ਵੀ ਜਾਣੀ ਕੋਈ ਰੂਮ ਤਾਂ ਹੈਗਾ ਵੈਸੇ ਸਾਰਾ ਇਹ ਪਰ ਇਹ ਵੈਸੇ ਇੱਥੇ ਲਟਕਾਈ ਹੋਈ ਹੈ ਜੇ ਇਹਨੂੰ ਖਿੱਚਿਆ ਤਾਂ ਗਿਰ ਜੂਗੀ ਅਤੇ ਆ ਹੋਰ ਨੇ ਪੋਂ ਪੋਂ ਵਾਲੇ ਜਿੱਦਾਂ ਪਹਿਲਾਂ ਲੱਗੇ ਹੁੰਦੇ ਸੀਗੇ ਦੇਖੋ ਵਜਾ ਕੇ ਦੇਖਦੇ ਆ ਵੱਜ ਗਿਆ ਹੈ ਇਹਦਾ ਸਾਊਂਡ ਕੁਛ ਹੋਰ ਹੋਣਾ ਇਹਦਾ ਸਾਊਂਡ ਹੋਰ ਹੈ ਉਹਦੀ ਘੁੰਮ ਕੇ ਆਉਂਗੀ ਆਵਾਜ਼ ਇਹਦੀ ਸਿੱਧੀ ਆਉਂਦੀ ਪਈ ਹੈ ਉਹ ਉੱਚਾ ਹੈ ਤਾਂ ਨਹੀਂ ਵੱਜਦਾ ਵੱਜ ਸਕਦਾ ਉਹ ਹਾਂਜੀ ਇਹ ਤਵੀ ਆਏ ਜਿਹਨੇ ਬੋਲਦਨ ਦੇ ਪਿੱਛੇ ਪਾ ਕੇ ਫਿਰ ਖੇਤ ਵਿੱਚ ਘੁਮਾਏ ਜਾਂਦੇ ਸੀਗੇ ਜਿਹੜੀਆਂ ਮੋਟੀਆਂ ਮੋਟੀਆਂ ਵੱਟਾਂ ਸੀ ਪੱਥਰ ਹੁੰਦੇ ਆ ਢੀਮਾਂ ਹੁੰਦੀਆਂ ਉਹ ਇਹਨਾਂ ਨਾਲ ਕੁੱਤਾ ਹੋ ਜਾਂਦੀਆਂ ਸੀਗੀਆਂ ਇਹ ਦੇਖੋ ਇਹਨਾਂ ਪਹਿਲਾਂ ਲੱਸੀ ਛੋਲੀ ਜਾਂਦੀ ਸੀਗੀ ਅਤੇ ਕਈ ਕੱਢਿਆ ਜਾਂਦਾ ਸੀਗਾ ਆਪਾਂ ਬਹੁਤ ਖਾਧਾ ਪਹਿਲਾਂ ਛੋਟੇ ਹੁੰਦੇ ਅਤੇ ਆਪਣਾ ਇਹ ਮਟੀਰੀਅਲ ਵਗੈਰਾ ਕੁਛ ਬਣਾਇਆ ਹੋਇਆ ਸ਼ਾਇਦ ਖਾਣ ਪੀਣ ਨੂੰ ਹੈ ਇਹ ਆਪਣਾ ਵੱਟੇ ਹੈ ਜਿਹੜੇ ਨਾ ਆਪਣਾ ਲਾਲਾ ਸਾਹਿਬ ਕੋਈ ਵੀ ਹੋਵੇ ਉਹਨਾਂ ਤੋਲਦੇ ਹੁੰਦੇ ਸੀਗੇ ਆਪਣਾ ਕੋਈ ਦਾਣੇ ਵਗੈਰਾ ਤੋਲਦੇ ਹੁੰਦੇ ਸੀਗੇ ਪਹਿਲੇ ਟਾਈਮਾਂ ਦੇ ਵਿੱਚ ਇਹ ਇਹਦੇ ਉੱਤੇ ਬਹਿ ਕੇ ਉਹਦੇ ਵਿੱਚ ਲੱਸੀ ਕੱਢਦੇ ਹੁੰਦੇ ਸੀਗੇ ਘੇ ਅਤੇ ਇੱਦਾਂ ਦੀਆਂ ਬਣ ਬਣਾਈਆਂ ਹੁੰਦੀਆਂ ਸੀਗੀਆਂ ਪਹਿਲਾਂ ਬੈਠਣ ਬੂਠਣ ਨੂੰ ਵੀ ਅਤੇ ਦੇਖੋ ਪਹਿਲੀਆਂ ਪਤੀਲੀਆਂ ਦੇਖੋ ਇਹ ਕਾਫੀ ਹੈਵੀ ਹੈ ਵੈਸੇ ਦੇਖਣ ਨੂੰ ਵੀ ਚੱਕਣ ਚੁੱਕਣ ਨੂੰ ਵੀ ਹੈਵੀ ਹੈ ਤਾਂਬੇ ਦੀ ਹੈ ਸਬਜ਼ੀਆਂ ਬਣਦੀਆਂ ਹੁੰਦੀਆਂ ਸੀਗੀਆਂ ਇਹਦੇ ਵਿੱਚ ਦੇਖੋ ਇਹ ਸੰਦੂਕੜੀ ਹੈ ਸਾਡੇ ਘਰੇ ਵੀ ਪਈ ਹੈ ਤੁਹਾਨੂੰ ਉਹ ਵੀ ਦੱਸੂੰਗਾ ਇੱਦਾਂ ਦੀਆਂ ਪਈਆਂ ਦੋ ਪਈਆਂ ਸਾਡੇ ਘਰੇ ਇਹ ਦੇਖੋ
सारा कुछ जाने के इत्थे मटीरियल लकड़ी दे नाल बनाने की कोशिश की गई है सारी। देखो तो अंदर साइड इधर स्कूटर खड़ा हुआ है, देखो ये किसी का बहुत पुराना स्कूटर लगता, तो इसकी प्राइस बहुत ज़्यादा है, प्राइस बहुत ज़्यादा होनी है आज के टाइम के विच, बहुत पुराना स्कूटर लगता तो ही अंदर खड़ाया हुआ है। देखो तो देखो उपर होर सब्जी सुब्जी बनाने वाली कुछ भी बना सकते थे, ये संदूक पिया है, तो देखो वो देखो पुराने डोर लगे हुए इतने सारे, तो आ मंजी पई है, इदा दिकल भी होंगी सी ये पर बैठ दिता सी मैं, सेम इदा दी मेरे को शायद हूँ कि टुटी सी जो मैं टेंथ में सगा उदो टुटी सी इदा दी मेरे को पई सी। आखो अभी का हाल ये हम लत्त बैठ लगे मेरे मुकी मुकी वगैरह आते पैरट वगैरह आते हैं, देखो खा के इतने संतरिया का बाग है ना, देखो संतरिया सारे लगे हुए इतने आते हैं, मुकी मुकी वगैरह आके खा जाते शायद ये मतलब का पैरट ने खाधा हुआ सारा। देखो एक होर गल दसदा ये इतने आप जो ये रेडी ही होंगे एक दो जगह ही बनी हुआ सी इतने है तो ना आप एक करके गए थे इतने वीडियो शूट एक की सी दो एक की ना एक वीडियो शूट की सी मैं शायद वह भी लिंक पाव थोनू जो मैंने वीडियो लभ गई अपनी पर मेरे पेज पर नहीं सी किसी होर के पेज पर है ठीक है थोड़ा मैं वह भी लिंक करूँगा साइड देख लो साड़ी पुरानी वीडियो अपना वीडियो बनाते होंगे सके बड़ी वधिया वीडियो बनाई आप आके लगे मिट्टी लगी है। चलो हूँ अगे चलते हैं को चरखा तुम मैं सारे लगभग देखिए बी होना यदा काफ़ी कुछ कढ़िया होया इतने मोहरे भी तिखा तिखा होंगे पता नहीं की कहें उन्होंने वह भी कढ़िया वा ए उपर भी होंगे धागा जहा बनया वह भी कढ़िया वा। देखो तो छोटा जहा मोटर स्विमिंग पूल है इतने ये देखो मोटर लाई हुई है तो इतने इतने ना जो आप पहले पहले बनता सगा इतने ब काम चलता सगा गर्मी के दिन से इतने आप नहा के भी गए थे आखो कहते चल चल अगे चल अगे चल इशारे करता मैं यह देखो इतने अस नहा के गए थे पहले गर्मी जून जुलाई का टाइम से शायद ये देखो हाँ जी तो यह है संतरे का छोटा जहा बाग बाग है इतने तो इतने पाँह सठ सत्तर कबूटे होने छोटे छोटे संतरिया के देखो किन्ने सारे संतरे लगे हुए इतने देखो 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 एक आ भी है साडा बूटा ओए चल हूँ चली चल छेती चल हो अगे अगे हो जाए हम नीलता पैन लगे यदा फोन देखे लै लिया नहीं जिस टाइम उस टाइम सब तो वधिया तुरिया पता अगे अगे देखो मसी तोरना पैंता है बंद देखो ये भी मशीन है घा को तरन वाली तो लगभग देखी हुई है सारे ने यह हूँ भी अजक भी है घर पर हूँ मोटर लग गए मोटर लग गए उन्होंने सारा कुछ तो ये देखो नलका हैंडपंप साढ़े भी उत्थे मीरपुर है हले भी है पर यह चलता नहीं वर्किंग नहीं है तो यह भी गन्ना पीड़न वाली है ये भी वैसे अजक यह भी ये थीम वरती जाती है अजक ज़्यादातर वैसे वह आह वाला चक्का नहीं होंगे इतने पटा पाते छोटा चक्का पा के जोड़े अपना गन जूजस देने वाले होंगे और रेहड़ियाँ जाले घूम घूमते होंगे उनका सेम थीम यही होंगे उनकी गरारी कुछ किया होंगे इतने चेंज अप वगैरह देखियो और रखिया फोन तो इतने बह गया है तो ये देखो चलो छोड़ो यू पढ़ाई जान दो अपना तो इतने पा देंगे गन्ने मेरी उंगली ना जाए मेरी उंगली का कचूंबर निकल जाना है देखो 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 चलो रुको हूँ मैं वीडियो बना ही दिता यदि रुको एक वीडियो बना क्या अपर रख के बनाना देखो दसो जी अपर रखिए तो नहीं आना है फिर है आ देखो हूँ देखो 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 हूँ साफ आता भी अपन चक्की माड़ा जहा देखो नेरा हो गया ना ये माड़ा जहा थले किया फिर साफ आता भी देखो है देखो दिमाग देख लो कि वधिया जी तो यह खड़ी हो ट्राली पता नहीं कहते बस यूज़ कर दे नहीं पता तो इतने रखे हुए कबूतर देखो एक है अंदर कबूतर देखो दिखता पे थोड़ा नहीं दिखता नहीं और देखो मूँह तो बज होंगे आ गए पता नहीं नट गया हूँ अंदर एक अद्धे कबूतर होना शायद देखो तो ये देखो जिम भी बनाई हुई है इतने जिम तो इतने मैं लगता वर्किंग जिम नहीं हैगी वैसे
ये साइकिल देखो कितनी टंगी हुई है, जिदा इनू फांसी दिखती हुई होंगी है पिछे तो शायद थोड़ा जहा रोला आता होना इस करके सॉरी देखो इनवाइटर चलाया हुआ ना इस करके चलते हैं। पर क्या हो बट्टा पाने वाला जिदा और पिछे दबाने होंगे सके तो अगे बोलदा के उत्ते पाया होंगे था तो अगे बोल तुरते सके तो बट्टा पैदा सी इन्हें ना वो बड़ा रखा हुआ इतने हूँ अगे चलो चलते हैं। और देखो छोटा जहा रूटावीटर ये नहीं मैंने पता है कि बोलदा के पिछे पाया जाता सगा या नहीं, शायद नहीं पाया जाता सगा, शायद ट्रैक्टर वाला ही है क्योंकि शायद पक्का नहीं पा कहता है शायद हूँ ही बनाया वा ये देखो ये शायद बोलदा तो नहीं पैंता सीगा पहला शायद पक्का नहीं मैं कहता शायद पैंता भी हो सकता पक्का नहीं मैं कह सकता वैसे ये चीज़ नहीं मैं देखी है। देखो तविया बोलदा के पिछे ही पैदा होंगे सी देखो देखो तो आ पिछे केलिया के बूटे है तो थोड़ी थोड़ी गार्डनिंग भी इतनी हुई हुई है। आ देखो यदि वीडियो नहीं रोकनी हूँ मैं ये फोन फिर लेना पैना एक मिनट वीडियो पॉज करके तो फोन लेके आवा रुको ठंड बहुत हो गई है तो हम आड़ है जरा बहुत पिछे पैदा हो गया तो आह जो एरिया ना सारा आह वाला एरिया ना जो सारा इतने साइड पहले वीडियो शूट हुई सी कोई ना जी जो मैं लगती वीडियो तो मैं थोड़ी ना मैं पाऊँगा लिंक पाऊँगा डिस्क्रिप्शन ओके थोड़े बोले हुई है फिर मटका मटका ए मटका मटका पहला की हूँ भी हैगी है पर देखने में बहुत घट गई हूँ पहला ना ये अज की जनरेशन का रखे हुआ क्योंकि थले टूटी है पहला वाले थले टूटी नहीं होती थी मामा जी आप चेक लो माड़ा जी सही आ नहीं कही देखो आ है तवी उस भी उसे खरा भी रखी हुई है तवी भी सॉरी अपना बना रहा है मैन पता ही मैं मजाक करता था संदूक है संदूक वैसे मैं मजाक करता था मैं पता ही सी संदूक है साढ़े घरे की पता बना दसूंगा जी तो ये अपना पे रेडियो इधर का सेम साढ़े को पहला मेरे दादा जी को सगा इधर का थोड़ा टाइम हो गया उन्हें सीटे पर सीट दिता पर सू नहीं पता सगा कि अगे जाके जी कीमत बहुत ज़्यादा वध जानी है जिस टाइम अच्छे सीटा सगा ना लगभग आते 15 साल पहला सीटा सगा हूँ वह जाने कि ओल्ड समान के आप लेंदे एंटीक समान के लेंदे ने लोग तो उसका लगभग 1 to 1.5 lakh का हूँ उसका बजट हो गया होना बहुत पुराना थे उस टाइम भी तो शायद इधर भी 1.5 lakh हो गया होना है जानी प्राइस इसका इन्ने के जा सकता है। हाँ जी तो ये है गड्ढा पहला इन्होंने गड्ढे कहते होते थे पहला इन्हें ही बैठ के जाते होंगे सके जो आप कितने भी जाना दूर नेड़े आप बैठ के जाते थे ये तो बैल गड्ढी है ये गड्ढा नहीं है जो गड्ढा होंगे वह उच्चे टायर होंगे काफ़ी ज़्यादा गड्डी है बैल गड्डी तो इन समान समान जाना होंगे सर पहला शायद बाकी हम थोड़ा पता ही इन्ना पक्का पक्के तौर पर आप भी नहीं कह सकते तो इधर आप डल्लू पे है तांबे के बड़े वधिया होंगे सभी देखो इन टायर देखो इधर थले कभी इतने टायर देखो ये लग्या हुआ जब तुरता होंगे सगा ये खड़कदिया होंगे लगे पहला बिच घंटी होंगे देखो वो टुट गई मैं खराब हो चुकी हैं सारिया जंगली मुर्ग भी है नीचे का नीचे नीचे देखो थोक मरी है देख वो पिछे पिछले सब तो पिछले जंगली मुर्गा देखो गड्डी करता चकदा उत्ते है ना आ सामने होना जंगली मुर्गे सारे। हाँ जी तो ये है हल देखो ये भी बड़ा वधिया हल हुंदा सीगा देखो बहुत गेड़े लगते हुंदे सीगे पहले बेचारे किसान बहुत ज़्यादा मेहनत करते हुए हम तो ट्रैक्टर आ गए ना इस करके कोई मेहनत नहीं होना इन्नी ज़्यादा होंगी
मेहनत चलो हूँ भी होंगी है पर पहले उन्होंने बहुत ज़्यादा मेहनत कर चुकी है। तो अगे आ देखो ये भी एक हाली है ना हाली है तो ये सारी भी नोटिफ अपना दिता हुआ डेस्टिनेशन जी क्या थोड़ा जहा हफड़ भी सकता क्योंकि 2-3 घंटे वीडियो बना देने हो गए इस करके सॉरी थोड़ा मैं हूँ साफ बिल्कुल सीधा मूँह से बोलता इस करके मैं कोई कट आउट नहीं बहुता रखता हूँ जिते थोड़ी ज़्यादा गलती हुई बनती उत्थे मैं बोलता हूँ कि मैं कट आउट मैं बिचो कर देता हूँ ठीक है जिते मेरे थोड़ी बहुत हुई बनती उत्थे मैं बिल्कुल कट आउट नहीं करता है ठीक है अभी तो पुछ लो अभी थक चुका मेरी वीडियो बना 3 घंटे अभी वीडियो बना 4 घंटे हो गए सू वीडियो बना अभी 10:30 बजे तो आए टाइम देखो कि हो गया होना हूँ टाइम देखी अभी दसी कि टाइम है मेरी घड़ी 4:30 होने वाले आप देख लो कि टाइम हो गया इधर झूले है इधर चलो अपने ये देखो अपना बिजली का ना जी देखो जो पहलवान चकते होंगे देखिए चक के हट 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 दे तू स्टाइल ना मार प्लीज सारी वीडियो खराब होगी बहुत भारा यार सच्ची यार बड़ा भारा है देखो है जिदा पहलवान चकते होंगे देखो चलो मैं इन्ना की चक सकता इन्ना देखो ज़्यादा ज़्यादा इन्ना बहुत भारा है ना आ छोटा चक देख दे रहा देखने लगते बिल्कुल हल्के बहुत भारी है घट्टो घट भी यह होना 15-16 किलो 20 किलो का आराम ना है यार देखो यार आउटने ज़्यादा भारा है। हाँ जी तो हूँ अगे चलते आप कंटीन में चलते हैं चाह चू पीने देखते हैं की खाने मिलता है यार देखो पुराना हाँ जी ठंड बहुत है चाह पीन लगे हूँ इतने बैठ के देखो कि वधिया अंदर तो भी देखो देखो एक रेडियो रखे हुआ देखो देखो कि वधिया सारा एक होर चीज़ देखी मैं इतने देखो ये रेल गड्डी वाला सी पहले जो रेल गड्डी आई सी ना पहले ये जगाने होंगे सके ये देखो देखो पिछे पनीर की कहते मैं याद नहीं आता पाया हूँ पता नहीं देखो जो किसी पता हो तो कमेंट भी जरूर लिखो तो अपना अचार चूर रखने वास्ते होंगे ये सारा सारा सिस्टम तो इधर भी रखे हुए हाँ जी साड़ी कॉफ़ी आ गई रेडी हो गए तो हम आप कॉफ़ी पीवेंगे तो अभी ने चक भी ली एक सिस्टम बहुत वधिया है इतने गेट पास भले से 400 के जेडे उन्होंने इन्होंने चाह का भी कर दिता चाह वैसे है गई 60 रुपए की आप 2 कप ले सके हाँ जी तो अपनी है गई चीज़ चिल्ली फिर थोनू अपना प्रोसीजर भी सारा दसेंगे कि इतने का की सारा प्रोसीजर से हाँ जी चलो अभी तो खाने लगे हूँ खाना खाना सारी एक घुट च मका के दस पहला पीती चाह तो उपर दिखा दे चिली फिर उपर तो पीता ठंडा फिर हम देखे टेडे जाएगा पटाके होने उनके दो बेचारे हो चुकी है थोड़ी कोई बात नहीं तो सुबह जाकर पता लगेगा हाँ क्या बात हुई है हाँ जी तो आप हम खाना पीना सारा कुछ हो गया तो जी आप उ 400 की टिकट एंट्री भी तो वो सा खाना पीना सारा कुछ ही हो गया आप चिली ले सी वो हैगी एक वो सी कुछ 160 की पनीर कि नहीं 200-250 की ला लो 270 है ना फिर अपना वो सी को चाह पीती है ना चाह सी चाह पहले आप चाह पीती सूँ पता नहीं भी टिकट में सब कुछ मिल सकता है फिर अस टिकट न ਅਸੀਂ ਚੱਲੇ ਭਾਈ ਕੋਈ ਖਾ ਵੀ ਸਕਦੇ ਹਾਂ ਹੈ ਨਾ ਫਿਰ ਅਸੀਂ ਖਾਧਾ ਅਸੀਂ ਉਹ ਖਾਧੇ ਨਾ ਚੀਜ਼ ਚਿੱਲੀ ਨਾਲ ਠੰਡਾ ਪੀਤਾ ਚਾਹ ਦੇ ਉੱਪਰੋਂ ਠੰਡਾ ਡਬਲ ਹੋ ਗਿਆ ਅੰਦਰ ਫਿਰ ਗੜਬੜ ਹੋ ਰਹੀ ਹੈ ਮਤਲਬ ਇਹ ਮੁੰਡਾ ਬਲੌਗ ਬਣਾਉਣਾ ਸ਼ੁਰੂ ਹੁਣ ਕਰਨ ਲੱਗਿਆ ਮਜ਼ਾ ਆ ਗਿਆ ਕੰਮ ਮਜ਼ਾ ਤੇ ਦੇਖੋ ਕੀ ਮੌਸਮ ਹੈ ਕੀ ਆ ਗਿਆ
ਤੁਹਾਨੂੰ ਹੁਣ ਅੱਗੇ ਜਾ ਕੇ ਆਪਾਂ ਟਰੈਕਟਰ ਦੱਸਦੇ ਹਾਂ। ਦੇਖੋ ਹਿੰਦੁਸਤਾਨ ਟਰੈਕਟਰ ਹੈ ਨਾ, ਹਿੰਦੁਸਤਾਨ ਟਰੈਕਟਰ ਜਿਹੜਾ ਝੂਟਾ ਟਰੈਕਟਰ ਜਿਵੇਂ ਕਹਿੰਦੇ ਆਪਾਂ। ਦੇਖੋ ਕੈਮਰਾਮੈਨ ਜੀ ਹੌਲੀ ਚੱਲੋ, ਇਹ ਨਹੀਂ ਤੇਰੀ ਉਹ ਤੋਂ ਬੰਦਾ। ਇਹ ਦੇਖੋ ਹਿੰਦੁਸਤਾਨ ਟਰੈਕਟਰ ਬਹੁਤ ਹੀ ਉੱਚਾ ਅਤੇ ਬੜਾ ਹੀ ਵਧੀਆ ਹੈ ਝੂਟਾ ਟਰੈਕਟਰ ਦਾ। ਨਾ ਭਰਾਵਾ ਇਹ ਤਾਂ ਨਾ ਮਾਰਾ ਖਿੱਲਰ ਖਿੱਲਰ ਨਹੀਂ ਸਕਦਾ ਕੁਛ ਵੀ, ਤਾਂ ਬੈਟਰੀ ਕੱਢਤੀ ਵੀ ਇਸ ਕਰਕੇ ਕੱਢ ਦਿੱਤੀ ਵੀ ਕਿ ਇਹਨੂੰ ਰਾਤ ਨੂੰ ਲੈਣਾ ਯਾਰ। ਬੜਾ ਵਧੀਆ ਟਰੈਕਟਰ ਹੈ, ਝੋਕਾ ਟਰੈਕਟਰ ਹੁੰਦਾ ਸੀਗਾ ਆਪਣੀ ਬਿੰਨੂ ਢਿੱਲੋਂ ਦੀ ਢਿੱਲੋਂ ਹੀ ਮੈਂ ਕਿਹਾ ਬਿੰਨੂ ਢਿੱਲੋਂ ਹੈ, ਬਿੰਨੂ ਢਿੱਲੋਂ ਦੀ ਕੋਈ ਫਿਲਮ ਸੀਗੀ ਉਹਦੇ ਵਿੱਚ ਇਹਨੂੰ ਲਿਆ ਇਹ ਨਹੀਂ ਸੀਗਾ, ਪਰ ਇਹਦੇ ਨਾਲ ਟਰੈਕਟਰ ਸੀਗਾ ਜੋ ਕਿੱਡਾ ਵਧੀਆ ਸੀਗਾ। ਇਹ ਦੇਖੋ ਪੱਠੀ ਦੇਖੋ ਕਿੱਥੇ ਲਾਈ ਹੋਈ ਹੈ, ਅਤੇ ਉਹ ਪਰੇ ਸਲੈਂਸਰ ਹੈ ਇਹਨੂੰ ਕਿੱਡਾ ਵਧੀਆ। ਹਿੰਦੁਸਤਾਨ ਕਿੰਨਾ ਸੀ ਐਚ 50 ਐਚ 58 ਕਾਰ ਵੀ ਉਹ ਬੱਚੇ ਮਰੀ ਜਾਂਦਾ ਸੋਰੀ। ਹਾਂਜੀ ਅਤੇ ਆਪਾਂ ਇੱਥੋਂ ਤੋਂ ਐਂਟਰ ਹੋਏ ਸੀਗੇ, ਇਹ ਤੁਹਾਨੂੰ ਦੱਸਣਾ ਭੁੱਲ ਗਏ ਸੀਗੇ। ਅਤੇ ਇਹ ਦੇਖੋ ਇਹ ਘੈਂਟੀ ਵੀ ਹੈਗੀ ਸਕੂਲ ਵਾਲੀ, ਇਹਦਾ ਸਕੂਲ ਦੀ ਛੁੱਟੀ ਹੁੰਦੀ ਸੀਗੀ ਪਹਿਲਾਂ ਆਪਾਂ, ਅਤੇ ਸਰਕਾਰੀ ਸਕੂਲ ਵਿੱਚ ਪੜ੍ਹਿਆ ਮੈਂ। ਇਹ ਦੇਖੋ ਜਦੋਂ ਇਹ ਤਾਂ ਘੈਂਟੀ ਮਾਰ ਦਿੰਦੇ ਇਹ ਲੈ ਜੀ, ਚੌਥਾ ਪੀਰੀਅਡ ਲੱਗ ਗਿਆ ਤਿੰਨ ਘੰਟੇ ਵਜੇ ਚੌਥੀ ਦਿੱਤੀ ਹੋਈ ਆ। ਅਤੇ ਆਹ ਹੈ ਉਹ ਗੱਡਾ, ਬੈਲ ਗੱਡਾ ਗੱਡਾ ਇਹ, ਅਤੇ ਇਹਦੇ ਵਿੱਚ ਦੇਖੋ ਪਹਿਲਾਂ ਜਿਹੜੇ ਸਾਡੇ ਪਹਿਲਾਂ ਬਜ਼ੁਰਗ ਜਿਹੜੇ ਸੈਨਿਕ ਜਿਹੜੇ ਤੁਹਾਨੂੰ ਦੱਸਦੇ ਰਹਿੰਦੇ ਸੀਗੇ, ਪਰ ਇਹ ਵੀ ਅਸੀਂ ਇੱਥੇ ਆ ਕੇ ਦੇਖਿਆ ਕਿ ਗੱਡਾ ਹੁੰਦਾ ਹੈ। ਇੱਥੇ ਦੋ ਬੋਲ ਇੱਕ ਕੈਰੀ ਸਾਈਡ ਲੱਗਦਾ ਹੁੰਦਾ ਸੀਗਾ ਅਤੇ ਇੱਕ ਪਰਾਂ ਨਹੀਂ ਪਿਆ। ਅਤੇ ਦੇਖੋ ਇਹ ਵੀ ਇੰਟਰਨੈੱਟ ਵੀ ਅੱਜ ਦੀ ਟਾਈਮ ਦੇ ਵਿੱਚ ਇੱਦਾਂ ਦੀ ਚੀਜ਼ ਬਣ ਚੁੱਕੀ ਹੈ ਕਿ ਉਹ ਯਾਰ ਅਸਾਈ ਹੋ ਜਾਂਦਾ, ਇਹ ਇੱਦਾਂ ਚੀਜ਼ ਬਣ ਚੁੱਕੀ ਹੈ ਕਿ ਅੱਗੇ ਜਿਹੜੀ ਮੰਨ ਲਓ ਸਾਡੇ ਬੱਚੇ ਹੋਣਗੇ ਜਾਂ ਅਵੀ ਦੇ ਬੱਚੇ ਹੋਣਗੇ, ਜੇ ਸਾਡੀ ਮੰਨ ਲਓ ਵੀਡੀਓ ਦੇਖੋਗੇ ਨਾ ਤਾਂ ਉਹਨਾਂ ਨੂੰ ਇਹ ਚੀਜ਼ਾਂ ਦੇਖਣੀਆਂ ਨਹੀਂ ਮਿਲਣੀਆਂ ਬਿਲਕੁਲ ਵੀ। ਸ਼ਾਇਦ ਇਹ ਲੁਪਤ ਹੀ ਹੋ ਜਾਣੇ ਜਦ ਤੱਕ ਅੱਜ ਤੋਂ 20-25 ਸਾਲ ਬਾਅਦ ਬਿਲਕੁਲ ਵੀ ਲੁਪਤ ਹੋ ਜਾਣੀਆਂ ਚੀਜ਼ਾਂ। ਇਹ ਸ਼ਾਇਦ ਟੁੱਟ ਜਾਵੇ ਹੋਰ ਵੀ ਜ਼ਿਆਦਾ ਵਧੀਆ ਕੰਡੀਸ਼ਨ 'ਚ ਨਾ ਦੇਖੇ, ਪਰ ਦੇਖ ਸਕਦਾ ਪਰ ਵਧੀਆ ਕੰਡੀਸ਼ਨ 'ਚ ਨਹੀਂ ਦੇਖ ਸਕਦਾ। ਇਹ ਦੇਖੋ ਸਾਨੂੰ ਵੀ ਹੁਣ ਠੀਕ ਠੀਕ ਜਿਹੀ ਹਾਲਤ ਵਿੱਚ ਦੇਖਣਾ ਕਿ ਹੁਣ ਆਪਾਂ ਇਹ ਤੋਰੀਏ ਤਾਂ ਟੁੱਟ ਸਕਦਾ ਕਿਸੇ ਵੀ ਟਾਈਮ, ਇੱਦਾਂ ਦੀ ਇਹਦੀ ਹਾਲਤ ਜੇ ਇੱਕ ਵਾਰੀ ਜੰਪ ਦੇ ਵਿੱਚ ਵੱਜ ਗਿਆ ਟੁੱਟ ਸਕਦਾ। ਇਹ ਰੀਅਲ ਦੇ ਵਿੱਚ ਨਾ ਚੱਲਿਆ ਵਾ ਹੈ, ਤਾਂ ਕਰਕੇ ਥੋੜ੍ਹਾ ਜਿਹਾ ਇਹਦੀ ਕੰਡੀਸ਼ਨ ਖਰਾਬ ਹੋ ਗਈ ਵੀ ਹੈ। ਇਹ ਬਣਾਇਆ ਨਹੀਂ ਗਿਆ ਵੀ ਚੱਲਿਆ ਵਾ ਹੈ, ਵਰਕਿੰਗ ਦੇ ਵਿੱਚ ਸੀਗਾ ਪਹਿਲਾਂ, ਥੋੜ੍ਹਾ ਟਾਈਮ ਪਹਿਲਾਂ ਲਿਆ ਵਾ ਹੈ ਕਿਸੇ ਤੋਂ ਵੀ ਵਰਕਿੰਗ ਦੇ ਵਿੱਚ ਅਸੀਂ ਘਰ ਬੋਲਣਾ ਖੜਾ। ਅਤੇ ਅੱਜ ਵੀ ਆਪਣਾ ਬਰਨਾਲਾ ਸਾਈਡ ਮੈਂ ਦੇਖਿਆ ਸੀਗਾ ਇਹ ਵਰਕਿੰਗ ਦੇ ਵਿੱਚ ਹੈ ਉੱਧਰ ਹਲੇ ਵੀ, ਕਿਉਂਕਿ ਉੱਧਰ ਲੋਕ ਜ਼ਿਆਦਾ ਦੇਸ। ਹਾਂਜੀ ਅਤੇ ਹੁਣ ਤੁਹਾਨੂੰ ਸਾਰਿਆਂ ਨੂੰ ਘੁਮਾਤਾ ਅਤੇ ਦੱਸਿਓ ਕਿਵੇਂ ਲੱਗਿਆ, ਵਧੀਆ ਲੱਗਿਆ ਜਾਂ ਫਿਰ ਘਟੀਆ, ਕੋਈ ਗਲਤੀ ਹੋਈ ਤਾਂ ਪਲੀਜ਼ ਦੱਸਿਓ। ਅਤੇ ਸਾਡੇ ਕੈਮਰਾ ਮੈਨੂੰ ਅਕਲ ਨਹੀਂ ਹੈਗੀ ਕਿ ਬਿਲਕੁਲ ਸਾਹਮਣੇ ਰੱਖਣਾ ਹੈ ਕੈਮਰਾ, ਕਿ ਕਦੇ ਉੱਧਰ ਨੂੰ ਘੁਮਾਉਂਦਾ ਕਦੇ ਉੱਧਰ ਨੂੰ ਘੁਮਾਉਂਦਾ, ਮਾਮਾ ਸਾਹਮਣੇ ਰੱਖ ਹੈ। ਚਲੋ ਹੁਣ ਓਕੇ, ਬਾਏ ਬਾਏ ਸਾਰਿਆਂ ਨੂੰ, ਅਤੇ ਸਾਰੇ ਜਾਣੇ ਕਰੋਨਾ ਤੋਂ ਬਚ ਕੇ ਰਹੋ। ਅਤੇ ਮੈਂ ਵੀ ਹੁਣ ਮਾਸਕ ਲਾਇਆ ਸੀਗਾ ਕਿਉਂਕਿ ਇੱਥੇ ਕੋਈ ਹੈ ਨਹੀਂ ਦੇਖੋ ਆਲੇ ਦੁਆਲੇ, ਕੋਈ ਵੀ ਨਹੀਂ ਹੈਗਾ ਇੱਥੇ, ਆਪਾਂ ਇਕੱਲੇ ਹੀ ਹਾਂ, ਆਪਾਂ ਦੋਨੋਂ ਜਾਣੇ ਹੈ ਸਿਰਫ। ਉੱਥੇ ਵੀ ਕੰਟੀਨ ਦੇ ਵਿੱਚ ਵੀ ਆਪਾਂ ਇਕੱਲੇ ਦੋਨੋਂ ਜਾਣੇ ਸੀਗੇ, ਅਤੇ ਇੱਕ ਮੈਨੇਜਰ ਸੀਗਾ ਜਿਹੜਾ ਆਪਣਾ ਬਿੱਲ ਵਗੈਰਾ ਦਿੰਦਾ ਸੀਗਾ ਕੱਢਦਾ ਸੀਗਾ, ਅਤੇ ਉੱਥੇ ਔਡਰ ਲੈਣ ਨੂੰ ਵੀ ਨਹੀਂ ਸੀਗਾ, ਮੈਨੇਜਰ ਅੰਦਰ ਜਾਂਦਾ ਸੀਗਾ ਉੱਥੇ ਬਣਾ ਕੇ ਦਿੰਦੇ ਸੀਗੇ, ਤਾਂ ਕਰਕੇ ਸਿਕਿਉਰਟੀ ਪੂਰੀ ਆਪਾਂ ਰੱਖੀ ਆਪਣੀ। ਅਤੇ ਅਵੀ ਨੂੰ ਹੁਣ ਪੂਰੀ ਠੰਡ ਲੱਗ ਰਹੀ ਹੈ ਹੁੰਦਾ ਪਿਆ। ਅਤੇ ਹੁਣ ਚਲੋ ਹੁਣ ਆਪਾਂ ਐਂਡ ਕਰਦੇ ਹਾਂ ਵਲੋਗ ਨੂੰ, ਅਤੇ ਲਾਈਕ ਅਤੇ ਸ਼ੇਅਰ ਪਲੀਜ਼ ਅੱਗੇ ਜ਼ਰੂਰ ਵਧਾ ਦਿਓ ਵੀਡੀਓ ਨੂੰ, ਜੇ ਕੋਈ ਗਲਤੀ ਗੁਲਤੀ ਹੋਈ ਐਮ ਸੋਰੀ। ਅਤੇ ਕਰੋਨਾ ਤੋਂ ਬਚ ਕੇ ਰਹੋ ਸਾਰੇ ਜਾਣੇ, ਮਾਸਕ ਲਗਾ ਕੇ ਰੱਖੋ। ਮਾਸਕ ਮੇਰੀ ਜੇਬ ਦੇ ਵਿੱਚ ਹੈਗਾ ਵੈਸੇ, ਇੱਥੇ ਹੁਣ ਕੋਈ ਨਹੀਂ ਸੀਗਾ ਇਸ ਕਰਕੇ ਆਪਾਂ ਦੋਨਾਂ ਨੇ ਨਹੀਂ ਲਾਇਆ, ਠੀਕ ਹੈ। ਅਤੇ ਅਭੀ ਜੀ ਤੁਹਾਨੂੰ ਹਾਲਤ ਦੱਸ ਦਿਓ।